ਜੇਕਰ ਗੱਲ ਕਰੀਏ ਪੰਜਾਬੀ ਫਿਲਮ ਇੰਡਸਟਰੀ ਦੀ ਤਾਂ ਇਸ ਹਫ਼ਤੇ 24 ਮਈ ਨੂੰ ਦੋ ਫਿਲਮਾਂ ਰਿਲੀਜ਼ ਹੋਈਆਂ। ਐਮੀ ਵਿਰਕ ਅਤੇ ਸੋਨੂ ਬਾਜਵਾ ਦੀ ਫਿਲਮ ਮੁਕਲਾਵਾ ਅਤੇ ਦੂਜੀ ਫਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ, ਜਿਸ ਗਿੱਪੀ ਗਰੇਵਾਲ ਅਤੇ ਸਰਗੁਣ ਦੀ ਜੋੜੀ ਨੇ ਧਮਾਲ ਪਾਈ। ਦੋਨੇ ਫਿਲਮਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ। ਫਿਲਮਾਂ ਰਿਲੀਜ਼ ਹੋਣ ਤੋਂ ਪਹਿਲਾਂ ਹੀ ਐਡਵਾਂਸ ਬੁਕਿੰਗ ਵੀ ਸ਼ੁਰੂ ਹੋ ਗਈ ਸੀ। ਜੇਕਰ ਗੱਲ ਕਰੀਏ ਫਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਦੀ ਤਾਂ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਇਸ ਫਿਲਮ ਦੀ ਪ੍ਰਮੋਸ਼ਨ ਜ਼ੋਰਾਂ ਸ਼ੋਰਾਂ ਨਾਲ ਚੱਲੀ ਅਤੇ ਹੁਣ ਵੀ ਚੱਲ ਰਹੀ ਹੈ। ਇੱਕ ਪਾਸੇ ਜਿੱਥੇ ਸਰਗੁਣ ਮਹਿਤਾ ਅਤੇ ਗਿੱਪੀ ਗਰੇਵਾਲ ਫਿਲਮ ਦੀ ਪ੍ਰਮੋਸ਼ਨ ਕਰ ਰਹੇ ਨੇ, ਉੱਥੇ ਬਾਲੀਵੁੱਡ ਫਿਲਮ ਇੰਡਸਟਰੀ ਦੇ ਸਿਤਾਰੇ ਵੀ ਫਿਲਮ ਲਈ ਸ਼ੁਭਕਾਮਨਾ ਦੇ ਰਹੇ ਨੇ। ਜੀ ਹਾਂ, ਕੁਝ ਦਿਨ ਪਹਿਲਾਂ ਬਾਲੀਵੁੱਡ ਦੀ ਬੇਬੋ ਜਾਨੀ ਕਰੀਨਾ ਕਪੂਰ ਨੇ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਦੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸਤਿ ਸ੍ਰੀ ਅਕਾਲ, ਮੈਂ ਹੂੰ ਕਰੀਨਾ ਕਪੂਰ ਖਾਨ ਔਰ ਫਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਦੇਖਣੇ ਕੇ ਲਈ ਤਿਆਰ ਹੋ ਜਾਓ। ਇਸ ਤੋਂ ਬਾਅਦ ਫਿਲਮ ਨਿਰਦੇਸ਼ਕ ਕਰਨ ਜੌਹਰ ਨੇ ਵੀ ਫਿਲਮ ਦੀ ਟੀਮ ਨੂੰ ਮੁਬਾਰਕਾਂ ਦਿੱਤੀਆਂ। ਸਤਿ ਸ੍ਰੀ ਅਕਾਲ, ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਣ ਲਈ ਤਿਆਰ ਹੋ ਜਾਓ, ਆ ਰਹੀ ਆਪਕੀ ਤਰਫ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ। ਸਨੀ ਲਿਓਨ ਵੀ ਫਿਲਮ ਦੀ ਪ੍ਰਮੋਸ਼ਨ ਕਰਨ ਤੋਂ ਪਿੱਛੇ ਨਹੀਂ ਰਹੀ। ਆ ਰਹੀ ਹੈ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ, ਦੇਖਣ ਲਈ ਤਿਆਰ ਹੋ ਜਾਓ। ਵਰੁਣ ਧਵਨ ਨੇ ਵੀ ਟੀਮ ਨੂੰ ਮੁਬਾਰਕਬਾਦ ਦਿੱਤੀ ਅਤੇ ਅਦਾਕਾਰ ਵੀਨੂ ਢਿੱਲੋਂ ਨੇ ਵੀ ਫਿਲਮ ਦੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ, ਜਿਨ੍ਹਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ। ਸਤਿ ਸ੍ਰੀ ਅਕਾਲ, ਮੈਂ ਹੂੰ ਵਰੁਣ ਧਵਨ ਔਰ ਆਪ ਲੋਕ ਦੇਖਣਾ ਨਾ ਭੁੱਲੀਏਗਾ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ। ਆਪ ਜਾਓ ਬੀਜੀ ਨਾਲ, ਪ੍ਰਾਣ ਨਾਲ, ਬਹੁਤ ਮਜ਼ਾ ਆਏਗਾ ਆਪਕੋ, ਜਾਓ ਚੱਕ ਦੇ ਫੱਟੇ। 24 ਮਈ ਨੂੰ ਗਿੱਪੀ ਬਾਈ ਤੇ ਸਰਗੁਣ ਮਹਿਤਾ ਜੀ ਦੀ ਫਿਲਮ ਆ ਰਹੀ ਹੈ ਜੀ, ਜਿਹਦਾ ਨਾਮ ਹੈ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ। ਤੋ ਸਾਰੇ ਜਾਣੇ ਇਸ ਮੂਵੀ ਨੂੰ ਦੇਖਣ ਵਾਸਤੇ ਸਿਨੇਮਾ ਘਰਾਂ ਵਿੱਚ ਐਨ ਪੂਰਾ ਰਸ਼ ਕਰਕੇ ਪੂਰਾ ਟਾਲੀਆਂ ਟੁਲੀਆਂ ਚਾ ਕੇ ਪਹੁੰਚੇ, ਜੋ ਕਿ ਬਹੁਤ ਹੀ ਕਮਾਲ ਦੀ ਮੂਵੀ ਬਣੀ ਹੈ। ਬਹੁਤ ਸੋਹਣੀ ਮੂਵੀ ਹੈ, ਸੱਚੀ ਬਹੁਤ ਸੋਹਣੀ ਮੂਵੀ ਹੈ, ਕਿਉਂਕਿ ਗਿੱਪੀ ਬਾਈ ਨੂੰ ਤੁਸੀਂ ਇੰਨਾ ਪਿਆਰ ਕਰਦੇ ਹੋ, ਸਰਗੁਣ ਮਹਿਤਾ ਜੀ ਦੀ ਕਲਾ ਨੂੰ ਤੁਸੀਂ ਪਹਿਲੇ ਸਿਨੇਮਾ ਘਰਾਂ ਵਿੱਚ ਬਹੁਤ ਸਰਾਇਆ, ਬਹੁਤ ਮਾਣਿਆ। ਵਾਹਿਗੁਰੂ ਚੜ੍ਹਦੀ ਕਲਾ ਚੱਕਣ, ਗੋਡ ਬਲੈਸ ਯੂ। ਸੋ ਜ਼ਰੂਰ ਦੇਖਣ ਪਹੁੰਚੋ ਜੀ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ। ਸਿਰਫ ਇੰਨਾ ਹੀ ਨਹੀਂ, ਸਰਗੁਣ ਦਾ ਪਰਿਵਾਰ ਵੀ ਪਿੱਛੇ ਨਹੀਂ ਰਿਹਾ। ਉਹਨਾਂ ਨੇ ਗਿੱਪੀ ਅਤੇ ਸਰਗੁਣ ਨੂੰ ਮੁਬਾਰਕਾਂ ਅਤੇ ਦਰਸ਼ਕਾਂ ਨੂੰ ਫਿਲਮ ਦੇਖਣ ਲਈ ਕਿਹਾ। ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਅੰਮ੍ਰਿਤਸਰ ਚੜ੍ਹਜੋ 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 ਸਾਰੇ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ। ਦੱਸ ਦਈਏ ਕਿ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਫਿਲਮ ਰਾਹੀਂ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਪਹਿਲੀ ਵਾਰ ਸਿਲਵਰ ਸਕਰੀਨ ਸ਼ੇਅਰ ਕਰਦੇ ਨਜ਼ਰ ਆ ਰਹੇ ਨੇ। ਫਿਲਹਾਲ ਗਿੱਪੀ ਗਰੇਵਾਲ ਆਪਣੀ ਨਵੀਂ ਫਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਦੀ ਸਫਲਤਾ ਦਾ ਆਨੰਦ ਮਾਣ ਰਹੇ ਨੇ, ਕਿਉਂਕਿ ਫਿਲਮ ਨੂੰ ਬਾਕਸ ਆਫਿਸ ਤੇ ਚੰਗਾ ਰਿਸਪਾਂਸ ਮਿਲ ਰਿਹਾ। ਸੋ ਦੋਸਤੋ, ਇਹ ਤਾਂ ਸੀ ਫਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਨੂੰ ਲੈ ਕੇ ਖਾਸ ਅਪਡੇਟ। ਦੇਸ਼ ਅਤੇ ਦੁਨੀਆ ਦੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ।